ਵਡਿਆਈਆਂ ਨਾ ਖੱਟਿਓ, ਸੋਭਾ ਨਾ ਖੱਟਿਓ, ਮਾਣ ਨਾ ਕਰਿਓ। ਮਾਣ ਵਿੱਚ ਵੱਡੇ ਵੱਡੇ ਖੜ ਗਏ, ਵੱਡੇ ਵੱਡੇ ਨਾਮ ਸਭ ਤੋਂ ਜ਼ਰੂਰੀ ਹੈ, ਧੋਖਾ ਖਾ ਜਾਂਦੇ ਆ। ਜਿਨ੍ਹਾਂ ਗੁਰੂ ਨਾਨਕ ਦੀ ਸੇਵਾ ਕੀਤੀ, ਸੰਗਤ ਕੀਤੀ, ਨਾਮ ਨੀ ਜਪਿਆ, ਧੋਖਾ ਖਾ ਗਏ। ਪ੍ਰਿਥੀ ਚੰਦ ਗੁਰੂ ਰਾਮਦਾਸ ਦੇ, ਜਿਸ ਗੁਰੂ ਰਾਮਦਾਸ ਦੀ ਨਗਰੀ ਚੋਂ ਸੰਸਾਰ ਧਰ ਲਿਆ, ਉਹਨਾਂ ਦਾ ਪੁੱਤਰ ਪ੍ਰਿਥੀ ਚੰਦ ਮੀਣਾ ਕਿਵੇਂ ਨਿਕਲ ਆਇਆ, ਕਪਟੀ ਕਿਵੇਂ ਨਿਕਲ ਆਇਆ, ਮਾੜਾ ਕਿਵੇਂ ਨਿਕਲ ਆਇਆ, ਕੀ ਕਾਰਨ? ਇਹ ਗੁਰੂ ਰਾਮਦਾਸ ਦੇ ਦਰਬਾਰ ਦੀ ਮਾਇਆ ਤੇ ਵਡਿਆਈਆਂ। ਜੇ ਇੱਥੇ ਬਖਸ਼ਿਸ਼ਾਂ ਵੱਡੀਆਂ ਨੇ ਨਾ, ਇੱਥੋਂ ਦਾ ਧੱਕਾ ਵੀ ਬਹੁਤ ਵੱਡਾ ਹੈ। ਉਹ ਪ੍ਰਿਥੀ ਚੰਦ ਗੁਰੂ ਦਾ ਪੁੱਤਰ ਹੀ ਨਿਕੰਮਾ ਨਿਕਲਿਆ, ਗੁਰੂ ਕਾ ਪੁੱਤਰ। ਸੇਵਾ ਉਹਦੀ 18 ਘੰਟਿਆਂ ਦੀ ਸੀ, 20 ਘੰਟਿਆਂ ਦੀ, 2-4-5 ਘੰਟੇ ਸੌਂਦਾ ਸੀ, ਸਾਰੀ ਜ਼ਿੰਮੇਵਾਰੀ ਸਾਰੀ ਨਿਭਾਉਂਦਾ ਸੀ। ਜ਼ਿੰਮੇਵਾਰੀਆਂ ਨਿਭਾ ਲੈਣੀਆਂ ਕੋਈ ਸੇਵਾ ਨਹੀਂ, ਸੇਵਾਦਾਰ ਬਣਨਾ ਸੇਵਾ ਹੈ, ਸੇਵਾ ਕਰਦਿਆਂ ਨਾਮ ਜਪਣਾ ਸੇਵਾ ਹੈ। ਜ਼ਿੰਮੇਵਾਰ ਬਣ ਕੇ ਜ਼ਿੰਮੇਵਾਰੀਆਂ ਨਿਭਾ ਲੈਣੀਆਂ ਕੋਈ ਸੇਵਾ ਨਹੀਂ, ਪ੍ਰਬੰਧ ਕੀ ਹੈ? ਇਹਦੇ ਚ ਜ਼ਿਆਦਾਤਰ ਆਦਮੀ ਖਾਲੀ ਹੋ ਜਾਂਦੇ ਆ, ਖਾਲੀ ਰਹਿ ਜਾਂਦੇ ਆ। ਇਹ ਪ੍ਰਬੰਧ ਕੀ ਹੈ ਗੁਰੂ ਨਾਨਕ ਦੇ ਘਰ ਦਾ? ਜ਼ਿੰਮੇਵਾਰ ਵੀ ਬਣ ਕੇ ਦਾਸ ਗਰੀਬ ਸੇਵਾਦਾਰ ਬਣਨਾ। ਮੈਂ ਕੂਕਰ ਗੁਰੂ ਨਾਨਕ ਸਾਹਿਬ ਤੇਰੇ ਦਰ ਦਾ, ਮੈਨੂੰ ਬਖਸ਼ ਲੈ। ਅਰਦਾਸ ਦੇ ਅੰਦਰੋਂ ਹਿਰਦੇ ਚੋਂ ਆਵਾਜ਼ ਨਿਕਲੇ, ਔਗਣ ਗੁਣਾਂ ਸਾਹਮਣੇ ਖੜੇ ਹੋ ਜਾਣ ਜਦੋਂ ਪਾਠ ਕਰੇ, ਜਦੋਂ ਨਾਮ ਜਪੇ, ਆਪਦੇ ਪਾਪਾਂ ਦਾ ਪਸ਼ਚਾਤਾਪ ਕਰੇ, ਖੋਟਿਆਂ ਕਰਮਾਂ ਦਾ ਪਸ਼ਚਾਤਾਪ ਕਰੇ। ਪਿਛਲੀ ਮੈਲ ਅਸੀਂ ਜਨਮ ਜਨਮ ਦੀ ਲਾਉਣ ਆਏ ਹਾਂ, ਕਿਤੇ ਇਹ ਨਾ ਹੋ ਜਾਏ ਕਿ ਇੱਕ ਪਾਪ ਉਤਾਰ ਜਾਈਏ ਤੇ ਦੋ ਲੈ ਕੇ ਚਲੇ ਜਾਈਏ, ਅਗਲਾ ਜਨਮ ਹੋਰ ਦੁਖੀ ਹੋਵੇ, ਅਗਲੇ ਜਨਮ ਚ ਹੋਰ ਕਸ਼ਟ ਪਾਈਏ। ਇਹ ਮਜ਼ਲ ਬਾਬਾ ਖੇਮ ਸਿੰਘ ਜੀ ਕਹਿੰਦੇ ਸੀ, ਬਾਹਤੀ ਔਖੀ ਘਾਟੀ ਹੈ, ਸੇਵਾ ਤਾਂ ਜਿਹੜੀ ਮਰਜ਼ੀ ਲੈ ਲਓ। ਬਾਬਾ ਈਸ਼ਰ ਸਿੰਘ ਕਹਿੰਦੇ, ਆ ਜਾਓ, ਐਡਾ ਵੱਡਾ ਸਥਾਨ ਨਾਨਕ ਸਾਹਿਬ ਦਾ ਸੰਭਾਲ ਦਿੰਦੇ ਹਾਂ, ਸੰਭਾਲ ਦਿੰਦੇ ਹਾਂ, ਪਰ ਚੱਕ ਨਹੀਂ ਸਕਦੇ ਤੁਸੀਂ। ਇੱਕ ਗੁਰਦੁਆਰੇ ਦੀ ਕਿਸੇ ਨੂੰ ਸੇਵਾ ਮਿਲ ਜੇ, ਕਿਸੇ ਨੂੰ 2-4-5 ਦੀ, ਕਿਸੇ ਨੂੰ ਸਾਰੇ ਹਿੰਦੁਸਤਾਨ ਦੀ ਗੁਰਦੁਆਰਿਆਂ ਦੀ ਸੇਵਾ ਦਾ ਪ੍ਰਬੰਧਕ ਬਣ ਜੇ, ਕੀ ਉਹ ਮਹਾਂਪੁਰਖ ਬਣ ਜਾਏਗਾ? ਉਹ ਭਗਤ ਬਣ ਜਾਏਗਾ? ਉਹ ਸੰਤ ਬਣ ਜਾਏਗਾ? ਉਹ ਸਾਰੇ ਘਰ ਦੇ ਦੁੱਖ ਰੋਗ ਨਿਵਿਰਤ ਕਰ ਲਵੇਗਾ? ਕੋਈ ਪਤਾ ਨਹੀਂ, ਮੂੰਹ ਤੇ ਕਾਲਕ ਮਾਰ ਕੇ ਜਾਵੇ ਸਾਰੇ ਗੁਰਦੁਆਰਿਆਂ ਦਾ ਪ੍ਰਧਾਨ, ਕੋਈ ਪਤਾ ਨਹੀਂ। ਵੱਡੇ ਵੱਡੇ ਅਹੁਦਿਆਂ ਤੇ ਬਹਿ ਕੇ ਕੋਈ ਸੰਤ ਨਹੀਂ, ਕੋਈ ਮਹਾਂਪੁਰਸ਼ ਨਹੀਂ ਬਣ ਕੇ। ਇਹ ਗੁਰੂ ਨੇ ਸੇਵਾ ਦੇ ਮੌਕੇ ਦਿੱਤੇ ਆ, ਕੋਈ ਪਤਾ ਨਹੀਂ ਇਸ ਅਹੁਦੇ ਤੋਂ ਇਹੋ ਜਿਹਾ ਕਲੰਕ ਲਵਾ ਕੇ ਜਾਏ ਕਿ ਸਦਾ ਲਈ ਸਿੱਖ ਪੰਥ ਚੋਂ ਧੱਕਿਆ ਜਾਏ। ਬਣ ਕੇ ਵੱਡਾ ਅਹੁਦੇਦਾਰ, ਜਥੇਦਾਰ, ਕੋਈ ਪਤਾ ਨਹੀਂ ਇਹੋ ਜਿਹੇ ਕਰਮ ਕਰਤੂਤ ਮਣ ਪਾਪੀ ਕਰ ਜਾਵੇ ਕਿ ਸਾਰੇ ਜਨਮ ਜਨਮ ਵਾਸਤੇ ਸਾਧ ਸੰਗਤ ਦੇ ਧੱਕੇ ਨੂੰ ਰੱਬ ਵੀ ਨਹੀਂ ਬਖਸ਼ਦਾ। ਇਹ ਗੁਣਾ ਬਖਸ਼ਾ ਲੈਣੇ ਚਾਹੀਦੇ ਆ ਆਪੋ ਸੀ ਗੁਰੂ ਦੇ ਚਰਨਾਂ ਚ ਢਹਿ ਢਹਿ ਕੇ। ਜੇ ਸੇਵਾ ਦਾ ਸਮਾਂ ਮਿਲੇ ਤੇ ਇੱਕ ਇੱਕ ਗੁਰਸਿੱਖ ਨੂੰ ਪ੍ਰਸ਼ਾਦਾ ਛਕਾਉਂਦਾ ਸੋਚੇ ਮੈਂ ਬਖਸ਼ਿਆ ਜਾਵਾਂ, ਇੱਕ ਇੱਕ ਦੇ ਜੋੜੇ ਝਾੜੇ, ਇੱਕ ਇੱਕ ਨੂੰ ਆਰਾਮ ਦੇਵੇ, ਇੱਕ ਇੱਕ ਦਿਨ ਇੱਕ ਇੱਕ ਸਾਹ ਨਾਲ ਬਾਣੀ ਪੜੇ ਤੇ ਮਨ ਵਿੱਚ ਰੱਖੇ ਕਿ ਮੇਰੇ ਪਾਪ ਪਿਛਲੇ ਜਨਮਾਂ ਦੇ ਬਹੁਤ, ਮੈਂ ਪਾਪੀ ਹਾਂ, ਮੈਨੂੰ ਪਤਾ ਹੈ ਮੈਂ ਕੀ ਚੀਜ਼ ਹਾਂ। ਆਖੋ ਸੀ ਮੈਂ ਕੋਈ ਰਿਸ਼ੀ ਮੁਨੀ ਨਹੀਂ, ਮੈਂ ਕੋਈ ਸਮਾਧੀਆਂ ਲਾਉਣ ਵਾਲਾ ਸਿੱਧ ਨਹੀਂ,
कोई तपस्वी नहीं, ना हो जपी ना हो जती सती, नहीं पढ़िया बिल्कुल गंदा निकम्मा मूर्ख मुगदा जन्म पाया। बहुत गुड़ाही पापियां, पर गुरु नानक साहब तेरे महापुरुषां दे सदका ही मैं बख्शिया जिन तू ना ही विसरिया। निर्गुण राख लिया संतन का सदका, सदगुरु ठाक लिया मोहे पापी पड़ता। जिथे भी जाओ जेड़ी भी सेवा लवो उन्दे च विचारो सोचो कि मैं इन्दे च की खटिया है की पाया है कि ना को जुड़िया केड़े पासे चला गया। ये दूजे काम करने पैंदे आ ना, भगती दी साधना भी करनी पैंदी है, कीर्तन पाठ भी मन जोड़ना पैंदा है जरूरी, ता फल मिलता है, ता फल मिलता है। जे मत थोड़ी सेव गवाई है, सेवा भी करी जावे गुणा भी करी जावे, जिमें भांडे च मोरा होया जो पाया निकलिया को रहना पर ये पाई है। कोई भी चीज ना टिकी अंदर, सारी एवें ही गई। गुरु नानक साहब के चरणों च बेनतियां करो कि मेरी कोई भगती विच वाधा नहीं, कोई साधना च वाधा नहीं, कोई सिमरन च, कोई काम क्रोध लोभ अहंकार ते कंट्रोल नहीं, कोई आसा तृष्णा चिंता मेरिया नहीं दुनिया। मैं सब पास्यो कृपा करो, मैंने मेरे ते मैनू चरणा नाल जोड़ो। आखो श्री वाह जिमें जो जानो, उन्हें क्या भी मैं डुबदा पिया अगर कोई जाना, तू कृपा करके जिमें जानदा मैनू तार, ज्यो जानो त्यो तार, जिमें जानदा उवें ही तार। मैं तो डुबी जा रहा, करदा चंगा हुंदा माड़ा कलयुग का प्रभाव है। ये समय मिलिया बच्चे नूं स्कूल च पढ़न का समा मिलिया है, पढ़ पढ़ के अवसर पर कारोबार करने वाले दुकाना दे व्यापार दे विच समा मिलिया है कमा पैसे। वो गुरु घर आउण दा नाम जपण दा सेवा करन दा तैनूं समा मिलिया है, कर कमाई है। दुकानदार व्यापारी भी तो घाटे खा के मुड़ आउंदे आ, बच्चे भी स्कूलों च कई नलायक निकल जाते, कई पढ़ के धक्के खाते रहते। इसे तरह ही तेरी भगती है, तेरी सिमरन साधना, तेरा कीर्तन इन्दे चो कर कमाई, इन्दे चो लाहा खट। हर समय गुरु साहब के चरणों में अरदास कर, झोली अड के मंग गुरु नानक साहब के दरबार चो, साध संगत कोलो महापुरशां कोलो नाम बाणी पढ़ के हर वेले अरदासा कर करके पिछलियां जन्मां दी मैल तोड़ा।